हाँ इमें खाल ना के करें मंगल ना बस इमें काम कर दे टोर पैसे पिछू आ सन खान का ये तो वही मान गए खान का मान गए दर्श इबादत गाय के थी दे रब दी इबादत दर्श गाय के थी दे हुसूल इल्म एक लफ्ज होता है फारिग तहसील इल्म को लूँ हालांकि इल्म को लूँ फारिग नहीं थिया ना ਇਹਦਾ ਅੱਜਾ ਇਲਮ ਸਿੱਖਣ ਦੇ ਅਸੂਲ ਕੀਤੇ ਸੀ ਇਲਮ ਤਾਂ ਹੁਣ ਅੱਗੋਂ ਸ਼ੁਰੂ ਹੀ ਸੀ ਇਲਮ ਬੜਾ ਦੂਰ ਪਏ ਤੁਸੀਂ ਕਿਆ ਸਮਝੇ ਇਹ 3 ਸਾਲ ਮੈਂ ਵਰਗਾ ਹੋਵੇ ਤਾਂ ਹਿਫਜ਼ ਦੇ ਲਾ ਦੇਂਦੇ 5 ਸਾਲ ਮੇਰੇ ਵਰਗਾ ਤੇ ਦੌਰਾ ਕਿਰਾਤ ਉੱਤੇ 3 ਸਾਲ ਤੇ 16 ਸਾਲ ਅਗਰ ਬੰਦਿਆਲਵੀ ਸਾਹਿਬ ਦਾ ਨਿਸਾਬ ਹੋਵੇ ਤਾਂ 16 ਸਾਲ ਜੇ ਅਗਰ ਇਹ ਤਨਜ਼ੀਮ ਵਾਲਾ ਹੋਵੇ ਤਾਂ ਆਪਣਾ 9 ਸਾਲ ਤੇ ਤਖਸਸ ਫਿਲ ਫਿਕ ਦੇ 2 ਸਾਲ ਤਖਸਸ ਫਿਲ ਹਦੀਸ ਦੇ 2 ਸਾਲ ਤਖਸਸ ਫਿਲ ਤਫਸੀਰ ਦੇ 2 ਸਾਲ ਇਹ ਕਿਤੀ ਲੱਗੇ ਤਨਵੀਰ ਦੇ ਸਮਝ ਦਸਾਂ ਚਾ ਹੁਣ ਸਾਰੇ ਜਿਵੇਂ ਤੇਰੇ 5 ਸਾਲ ਤੇ 3 ਸਾਲ ਤੇ 16 ਸਾਲ 16 ਸਾਲ 24 ਸਾਲ ਤੇ 6 ਸਾਲ 30 ਸਾਲਾਂ ਤੱਕ ਸਿਰਫ ਇਲਮ ਦੇ ਅਸੂਲ ਪੜ੍ਹੇ ਸੀ ਇਲਮ ਕਹੀਂ ਨਹੀਂ ਮਿਲਣਾ ਇਲਮ ਅੱਗੂ 30 ਸਾਲ ਤੇ ਅੱਗੂ ਸ਼ੁਰੂ ਥੀ ਹੋਣੇ ਜੀਆ ਬਤਨ ਬਾਲੋ ਤੁਸਾਂ ਕਹੇ ਅਲ ਖਤੀਬ ਪੜ੍ਹਦੇ ਤੇ ਅਸਾਂ ਫਾਜ਼ਿਲ ਲਾਏ ਇਲਮ ਦਾ ਪਤਾ ਉਹ ਲੱਗ ਸੀ ਜਿਹੜੇ ਦਸਤਾਰ ਬਧੀ ਸੀ ਤੇ ਵਕਤ ਅੱਗੂ ਸ਼ੁਰੂ ਥੀ ਸੀ ਹੁਣ ਅਕੜ ਦੇ ਜਾਂ ਝੁਕ ਦੇ ਗਿਆ ਅਕੜੀ ਫਾਰੇ ਨੇ 30 ਸਾਲ ਕੁਝ ਨਹੀਂ ਵਧਾ ਕੀਤਾ ਜੇ ਝੁਕ ਗਏ ਵਾਲੇ ਇਵੇਂ ਸਮਝਾਏ ਹੁਣ ਤਰ ਗਏ ਕਿਉਂਕਿ ਇਲਮ ਅਕੜਨਾ ਨਹੀਂ ਸਿੱਖੇਦਾ ਇਲਮ ਝੁਕਣਾ ਸਿੱਖੇਂਦੇ ਝੁਕਣਾ ਇਹ ਜ਼ਿੰਦਾ ਦੀ ਅਲਾਮਤ ਹੈ ਇਲਮ 30 ਸਾਲ ਪੜ੍ਹਦੇ ਅੱਜਾ ਤੱਕ ਤੇਰਾ ਅੰਦਰ ਨਹੀਂ ਮੋਇਆ ਤੇਰਾ ਇਲਮ ਦੇ ਉਸੂਲ ਪੜ੍ਹਨ ਦਾ ਫਾਇਦਾ ਹੀ ਵਜ੍ਹਾ ਵਾਸਤੇ ਅਬਦੁੱਲਾਹ ਇਬਨ ਉਮਰ ਰਜ਼ੀ ਅੱਲਾਹੁ ਤਾਲਾ ਸੇ ਫਰਮਾਇਆ ਆਪਨੇ ਬਤਾ ਤੋ ਕੋ ਆਲਮ ਦੀਆਂ 3 ਨਿਸ਼ਾਨੀਆਂ ਦਾ ਸਮਾ ਹਜ਼ੂਰ ਕਿਆ ਆਪਨੇ ਫਰਮਾਇਆ ਆਲਮ ਦੀਆਂ 3 ਨਿਸ਼ਾਨੀਆਂ ਹਜ਼ੂਰ ਕਿਹੜੀਆਂ ਕਿਹੜੀਆਂ ਆਪਨੇ ਫਰਮਾਇਆ ਲਾ ਯਹਸੁਦ ਮਨ ਫੌਕਹੁ ਵਲਾ ਯਹਕੁਰ ਮਨ ਦੂਨਹੁ ਵਲਾ ਯਬਤਗੀ ਬਿਲਮ ਹੀ ਸਮਨਾ ਆਲਮ ਦੀ ਪਹਿਲੀ ਨਿਸ਼ਾਨੀ ਇਹ ਹੋ ਸੀ ਹਸਦ ਕਹਿਣਾ ਕਰੇ ਸਰੈਕੇ ਚ ਸੜ ਸੀ ਕਹਿਣ ਵਲਾ ਯਹਕੁਰ ਕਹੀਂ ਕੋ ਹਕੀਰ ਕਹਿਣਾ ਸਮਝ ਸੀ ਅਗਲਾ ਜੁਮਲਾ ਹੈ ਕਿ ਇਹਦਾ ਸਖਤ ਚਲੋ ਦੇਣਾ ਹਾਂ ਸਹੀ ਦਾ ਫਰਮਾਨ ਹੈ ਵਲਾ ਯਬ ਤਗ ਯਬ ਇਲਮ ਇਹ ਸਮਾਨਾ ਭਲਾ ਤਸ਼ਤਰੂ ਵੀ ਆਇਆ ਤੀ ਥਾ ਮਨ ਕੋਈ ਨਾ ਜਣੇ ਉਹਦੇ ਨਾਰਾ ਲਾਈ ਚਾ ਪੈਟਰੋਲ ਮੁਕਾਈ ਚਾ ਫੀਸ ਮੁਕਵਾਈ ਕਿਆ ਹੈ ਫੀਸ ਅਸ਼ੀ ਸਿੰਘ ਜਣੇ ਕੋਈ ਦੇਵੇ ਠੀਕ ਹੈ ਕੋਈ ਨਾ ਦੇਵੇ ਕੋਈ ਨਾ ਅੱਲਾ ਦੀ ਖਾਤੇ ਪੂਰੇ ਘਰ ਛੁੜੇ ਨੇ ਵਾ ਅੱਲਾ ਦੀ ਕਿਸੇ ਚਸ ਮੱਚੀ ਵੇ ਹਾਂ ਇਵੇਂ ਖਾਣ ਨਾ ਗਏ ਕੋਈ ਮੰਗਣ ਨਾ ਬਸ ਇਵੇਂ ਕੰਮ ਕਰਦੇ ਟੁਰ ਗਏ ਪੈਸੇ ਪਿੱਛੋਂ ਆ ਸਨ